अस्सलाम वालेकुम जी सज्जनों ने मित्रों की हाल चाल ने वेलकम टू बिल्ला भजन क्लब। लो जी दोस्तों हूँ जी कलैक्शन बाकी रह गई है जी, ठीक है जी। अपने शौक के परिंदे ने, ठीक है जी, चंद पै गए ने कोई 8-10 जड़े ना देने ने, ठीक है। तो बाकी सारे फिर जो आप रखने इंशाल्लाह ब्रीड करावांगे, ठीक है। चेक करो जी माशाल्लाह बहुत जो यंग है, घर के पुठे ने कोई यंग है जवान हो, ठीक है जी। कुछ है निक्किया जो रखांगे जी, एक बच्चा, ठीक है जी, एक है रखा जी बोलना जो, ठीक है जी। ਕਿਹੜੀ ਫਿਰੋਜ਼ਪੁਰੀ ਹੈ, ਨਵੀਂ ਕਿਹੜੀ ਫਿਰੋਜ਼ਪੁਰੀ ਹੈ, ਨਵੀਂ ਕਿਹੜੀ ਫਿਰੋਜ਼ਪੁਰੀ ਹੈ। ਇਹੀ ਹੈ ਜੀ ਆਪਣੇ ਬਹੁਤ ਨੂੰ ਜਿਹੜੇ ਆਪਣੇ ਜਾਤੀ ਜਿਹੜੇ ਰਹਿ ਗਏ ਨੇ। ਇੱਕ ਹੈ ਕਬੂਤਰ ਬਹੁਤ ਅੱਛਾ ਜੀ ਆਪਣਾ, ਠੀਕ ਹੈ ਜੀ, ਇਹ ਰੱਖਣਾ ਜੀ ਆਪਾਂ ਕਬੂਤਰ ਵਾਲਾ। ਦੱਸਿਓ ਕਿਹੋ ਜਿਹਾ, ਮਾਸ਼ਾਅੱਲਾ ਬੜੇ ਬੜੇ ਨਜਾਬ ਪਰਿੰਦੇ ਸੀ ਜਿਹੜੇ ਮੈਨੂੰ ਦੋਸਤ ਭਰਾ ਰਾਜ਼ੀ ਹੋ ਜਾਣ ਯਾਰ, ਕਿ ਬਹੁਤ ਸਾਰੇ ਪਰਿੰਦੇ ਜਿਹੜੇ ਨਾ ਮੈਂ ਦੇ ਦਿੱਤੇ ਨੇ, ਠੀਕ ਹੈ। ਅਤੇ ਮੇਰੀ ਆਦਤ ਹੈ ਮੈਂ ਸਿਰਫ 50-60 ਪਰਿੰਦੇ ਰੱਖਦਾ ਬਸ, ਇਹਨਾਂ ਤੋਂ ਜ਼ਿਆਦਾ ਨਹੀਂ ਆਪਾਂ ਰੱਖਦੇ, ਠੀਕ ਹੈ। ਜਦੋਂ ਜ਼ਿਆਦਾ ਹੋ ਜਾਣ ਫਿਰ ਦੇ ਦਿੰਦਾ ਉਹਨਾਂ ਮੈਂ ਵਿੱਚੋਂ। ਢੈਡੀ ਕਬੂਤਰ ਰੱਖਿਆ ਜੀ, ਹਾਲਾਂਕਿ ਮੈਨੂੰ ਸ਼ੌਕ ਕੋਈ ਨਹੀਂ ਗਾ, ਠੀਕ ਹੈ। ਅਤੇ ਲੇਕਿਨ ਇਹ ਆ ਕਿ ਕੁੜੀ ਨੂੰ ਲੱਗਾ ਮੈਂ ਕਿਹਾ ਯਾਰ ਸੋਹਣਾ, ਠੀਕ ਹੈ। ਲਓ ਜੀ ਚੈੱਕ ਕਰੋ ਜੀ, ਬੜਾ ਠੀਕ ਹੈ। ਮਾਸ਼ਾਅੱਲਾ ਬਹੁਤ ਉੱਠਦਾ ਰਿਹਾ ਭੱਟਾ ਰਿਹਾ, ਪਾਕਿਸਤਾਨੀ ਆ ਗਿਆ ਅੱਗੇ। ਪੂਜੀ ਪੱਟੀ ਲਾਈ ਹੈ ਜੀ ਇਹਦੇ ਨਾਲ, ਦਸ 15 ਪਰਿੰਦੇ ਹੈ ਨੇ ਜੀ। ਕਿਸੇ ਭਰਾ ਨੂੰ ਚਾਹੀਦੇ ਹੋਣ ਤਾਂ ਮੈਨੂੰ ਰਾਬਤਾ ਕਰ ਲਿਓ, ਠੀਕ ਹੈ ਜੀ। ਇਹ ਪੱਟੀ ਬਹੁਤ ਚੰਗੀ ਹੈ, ਠੀਕ ਹੈ। ਅੱਛਾ ਜੀ, ਤੁਹਾਨੂੰ ਮੈਂ ਨਾ 2-4 ਪਿੰਡੇ ਮੇਰੇ ਹਾਲ ਉੱਤੇ ਚੜ੍ਹ ਗਏ ਨੇ ਛੱਤ 'ਤੇ, ਅਤੇ ਉਹਨਾਂ ਦਾ ਸ਼ੌਕ ਕਰਾਉਣਾ। ਉਹ ਯਾਨੀ ਕਿ ਨਾ ਧੋਣ 'ਤੇ ਲਾਲ ਭਾਉ ਮਾਰਦੇ ਨੇ, ਠੀਕ ਹੈ। ਯਾਨੀ ਕਿ ਇਹਦਾ ਮਤਲਬ ਆ ਕਿ ਇਹਨਾਂ 'ਚ ਇੰਡੀਅਨ ਬਲੱਡ ਹੈ ਕਬੂਤਰਾਂ ਦਾ ਨਾ, ਜਾਂ ਸੁਰਖ ਕਬੂਤਰਾਂ ਦਾ, ਠੀਕ ਹੈ। ਜਿਹੜੇ ਇੰਡੀਅਨ ਚੱਲਦਾ ਕਬੂਤਰ ਨੇ ਨਾ, ਉਹ ਉਹਨਾਂ ਦਾ ਬਲੱਡ ਆਇਆ, ਬਹੁਤ ਅੱਛੇ ਖਾਦੇ ਕਬੂਤਰ ਨੇ। ਜੇ ਕਿਸੇ ਭਰਾ ਨੂੰ ਚਾਹੀਦੇ ਨੇ ਤਾਂ ਮੇਰਾ ਰਾਬਤਾ ਕਰ ਲਿਓ, ਠੀਕ ਹੈ। ਮੈਂ ਤਿੰਨ ਨੇ ਪੱਠੇ, ਅਤੇ ਥੈਂਕ ਯੂ ਜੀ ਦੋਸਤਾਂ ਭਰਾਵਾਂ ਦਾ ਜਿਹੜੇ ਭਰਾ ਚੈਨਲ ਨੂੰ ਲਾਈਕ ਕਰਦੇ ਨੇ। ਅਤੇ ਮਾਸ਼ਾਅੱਲਾ ਇਸ ਮਹੀਨੇ 'ਚ ਮੇਰੇ ਕੋਲ 10-15 ਸਬਸਕ੍ਰਾਈਬਰ ਆਏ ਨੇ, ਅਤੇ ਟਾਈਮ ਵੀ ਅੱਛਾ ਵਾਚ ਹੋਇਆ ਵਾ। ਅਤੇ ਥੈਂਕ ਯੂ ਦੋਸਤਾਂ ਭਰਾਵਾਂ ਦਾ ਜਿਹੜੇ ਯਾਰ ਲਾਈਕ ਕਰਦੇ ਨੇ, ਸ਼ੇਅਰ ਕਰਦੇ ਨੇ, ਅਤੇ ਵੈਲਕਮ ਜੀ। ਥੈਂਕ ਯੂ ਸਾਰੇ ਦੋਸਤਾਂ ਭਰਾਵਾਂ ਦਾ। ਕਿਆ ਪੱਠਾ ਜੀ ਅਗਲੇ ਸਾਲ ਬਰੀਡ ਲਈ ਰੱਖਿਆ,